ਅੰਮ੍ਰਿਤਸਰ ਸ਼ਹਿਰ ਨੂੰ ਬੰਦ ਕਰਨ ਦੇ ਲਈ ਬਾਲਮੀਕੀ ਭਾਈਚਾਰੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ, ਪਰ ਹੁਣ ਉਸ ਤੇ ਅਪਡੇਟ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਤਲਵੀਰ ਸਿੰਘ ਗਿੱਲ ਨੇ ਮੁਆਫੀ ਮੰਗ ਲਈ ਹੈ। ਉਹਨਾਂ ਦੇ ਵੱਲੋਂ ਇਹ ਕਹਿਣਾ ਹੈ ਕਿ ਬਾਲਮੀਕੀ ਭਾਈਚਾਰੇ ਦੇ ਵਿਰੁੱਧ ਉਹਨਾਂ ਨੇ ਕੋਈ ਵੀ ਅਪਸ਼ਬਦ ਨਹੀਂ ਬੋਲਿਆ ਹੈ, ਜਿਸ ਕਰਕੇ ਅੰਮ੍ਰਿਤਸਰ ਸ਼ਹਿਰ ਬੰਦ ਨਾ ਕੀਤਾ ਜਾਏ। ਅਗਰ ਫਿਰ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਉਹਨਾਂ ਨੂੰ ਮਾਫ ਕਰ ਦਿੱਤਾ ਜਾਏ, ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਸਰ ਸ਼ਹਿਰ ਬੰਦ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ, ਲੋਕਾਂ ਨੂੰ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਅਗਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਬੈਠ ਕੇ ਇਸ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਹੈ, ਪਰ ਅੰਮ੍ਰਿਤਸਰ ਸ਼ਹਿਰ ਨਾ ਬੰਦ ਕੀਤਾ ਜਾਏ। ਇਸ ਦੀ ਅਪੀਲ ਜਿਹੜੀ ਹੈ ਤਲਵੀਰ ਸਿੰਘ ਗਿੱਲ ਦੇ ਵੱਲੋਂ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਵੀ ਘਟਨਾ ਜਿਹੜੀ ਹੈ ਵਾਪਰਦੀ ਹੈ ਥਾਣਾ ਸੀ ਡਿਵੀਜ਼ਨ ਵਿਖੇ, ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਵੀ ਅਜਿਹੇ ਸ਼ਬਦ ਨਹੀਂ ਬੋਲੇ ਗਏ ਨੇ ਜੋ ਬਾਲਮੀਕੀ ਸਮਾਜ ਨੂੰ ਠੇਸ ਪਹੁੰਚਾਉਣ ਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਜਿਸ ਕਰਕੇ ਇਹਨਾਂ ਨੇ ਮੁਆਫੀ ਮੰਗ ਲਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਇੱਕ ਹਫ਼ਤਾ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਇੱਕ ਕਾਂਡ ਹੋਇਆ ਸੀਗਾ, ਜਿਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਤਲਵੀਰ ਸਿੰਘ ਨੇ ਉੱਥੇ ਕੋਈ ਅਪਸ਼ਬਦ ਬੋਲੇ ਨੇ। ਵੈਸੇ ਤੇ ਮੇਰੀ ਨਾ ਤੇ ਇਹੋ ਜਿਹੀ ਕੋਈ ਮਨਸ਼ਾ ਸੀ ਤੇ ਨਾ ਮੈਂ ਕਦੀ ਜ਼ਿੰਦਗੀ ਚ ਪਹਿਲਾਂ ਹੀ ਬੋਲਿਆ, ਨਾ ਉਦਣ ਹੀ ਬੋਲਿਆ ਤੇ ਨਾ ਮੈਂ ਕਦੀ ਅੱਗੇ ਹੀ ਬੋਲਾਂਗਾ, ਕਿਉਂਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਪਰ ਮੇਰਾ ਕਰਕੇ ਫੇਰ ਵੀ ਭਗਵਾਨ ਵਾਲਮੀਕ ਜੀ ਦੀ ਸੰਗਤ ਦਾ ਕਿਸੇ ਦਾ ਮਨ ਨੂੰ ਕੋਈ ਠੇਸ ਪਹੁੰਚੀ ਆ ਤੇ ਮੈਂ ਸਾਰੀ ਸੰਗਤ ਤੋਂ ਖਮਾ ਜਾਚਨਾ ਕਰਦਾ। ਔਰ ਮੈਂ ਜਿਹੜੇ ਵੀਰ ਧਰਨਾ ਦੇਣ ਦੀ ਗੱਲ ਕਰਦੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਵੇਖੋ ਫੈਸਟੀਵਲ ਚੱਲ ਰਿਹਾ ਤੇ ਆਪਾਂ ਸਾਰੇ ਲੋਕਾਂ ਨੂੰ ਨਾ ਪਰੇਸ਼ਾਨ ਕਰੀਏ। ਜੇ ਕੋਈ ਕਿਸੇ ਤਰ੍ਹਾਂ ਦੀ ਗੱਲ ਹੋਊਗੀ ਤੇ ਆਪਾਂ ਬੈਠ ਕੇ ਉਹਦਾ ਮਸਲਾ ਹੱਲ ਕਰ ਲਾਂਗੇ। ਜੈ ਵਾਲਮੀਕੀ, ਜੈ ਗੁਰੂ ਗਿਆਨ ਨਾਥ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਆਪ ਸਾਰਿਆਂ ਨੂੰ ਪਤਾ ਹੈ ਕਿ ਅੱਜ ਜ਼ਿਲ੍ਹਾ ਅੰਮ੍ਰਿਤਸਰ ਨੂੰ 22 ਤਰੀਕ ਨੂੰ ਬੰਦ ਕਰਨ ਦੀ ਸੰਪੂਰਨ ਜਥੇਬੰਦੀਆਂ ਵੱਲੋਂ ਸੰਤ ਸਮਾਜ ਵੱਲੋਂ ਕਾਲ ਦਿੱਤੀ ਗਈ ਸੀ। ਸੋ ਦੇਰ ਰਾਤ ਜਿਹੜਾ ਆ ਉਹ ਪ੍ਰਸ਼ਾਸਨ ਨਾਲ ਮੀਟਿੰਗ ਹੋਣ ਉਪਰੰਤ ਜਿਹੜਾ ਆ, ਕਿਉਂਕਿ ਤਲਵੀਰ ਗਿੱਲ ਵੱਲੋਂ ਜਿਹੜੀ ਆ ਮਾਫੀ ਮੰਗ ਲਈ ਗਈ ਆ, ਸੋ ਅੱਜ ਪਾਵਨ ਵਾਲਮੀਕੀ ਤੀਰਥ ਵਿਖੇ ਜਿਹੜਾ 12 ਵਜੇ ਆ ਕੇ ਉਸਨੇ ਜਿਹੜੀ ਆ ਮਾਫੀ ਵੀ ਮੰਗਣੀ ਹੈਗੀ ਆ। ਸੋ ਮੇਰੀ ਸਾਰੇ ਸਮਾਜ ਨੂੰ ਅਪੀਲ ਹੈ, ਕਿਉਂਕਿ ਜਿਸ ਤਰ੍ਹਾਂ ਤਿਉਹਾਰਾਂ ਦਾ ਦਿਨ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਆ ਸਮਾਜ ਦੇ ਨਾਲ ਬੈਠ ਕੇ ਸਹਿਮਤੀ ਬਣਾਈ ਗਈ ਆ, ਤੋ ਇਸ ਕਰਕੇ ਅੱਜ ਦਾ ਜਿਹੜਾ ਬੰਦ ਹੈ ਉਸ ਦੀ ਕਾਲ ਨੂੰ ਜਿਹੜਾ ਆ ਉਹ ਸਥਗਿਤ ਕੀਤਾ ਜਾਂਦਾ ਆ। ਸੋ ਮੈਂ ਸਾਰੇ ਸਮਾਜ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਸਾਰਿਆਂ ਨੇ, ਕਿਉਂਕਿ ਸਮਾਜ ਜਿਹੜਾ ਆ ਆਪਣਾ ਸਰਵੋਤਮ ਆ, ਆਪਾਂ ਸਾਰਿਆਂ ਨੇ ਇਕੱਤਰ ਰਹਿਣਾ। ਕੁਛ ਸਾਥੀ ਜਿਹੜੇ ਆ ਉਹ ਇਸ ਗੱਲ ਦਾ ਗਿਲਾ ਕਰਦੇ ਆ ਕਿ ਅਸੀਂ ਬੰਦ ਕਰਨਾ ਹੀ ਕਰਨਾ। ਮੈਂ ਦੱਸਣਾ ਚਾਹੁੰਦਾ ਕਿ ਜ਼ਰੂਰ ਬੰਦ ਕਰਨਾ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਰ ਇਹ ਵੀ ਦੇਖਣਾ ਚਾਹੀਦਾ ਕਿ ਜੇ ਪਾਵਨ ਵਾਲਮੀਕੀ ਤੀਰਥ ਤੇ ਜਾ ਕੇ ਕੋਈ ਮਾਫੀ ਮੰਗਣ ਲਈ ਤਿਆਰ ਆ ਤੇ ਸਾਨੂੰ, ਮੈਂ ਦੱਸਣਾ ਚਾਹੁੰਦਾ ਪਾਵਨ ਵਾਲਮੀਕੀ ਤੀਰਥ ਤੋਂ ਕੋਈ ਸਰਵੋਤਮ ਸਾਡੇ ਲਈ ਨਹੀਂ ਹੈ, ਕਿਉਂਕਿ ਸਾਡੀਆਂ ਆਸਥਾਵਾਂ ਜਿਹੜੀਆਂ ਪਾਵਨ ਵਾਲਮੀਕੀ ਤੀਰਥ ਨਾਲ ਜੁੜੀਆਂ ਹੋਈਆਂ। ਆਪਾਂ ਸਾਰਿਆਂ ਨੂੰ ਜਿਹੜਾ ਆ ਪਾਵਨ ਵਾਲਮੀਕੀ ਤੀਰਥ ਨੂੰ ਮੁੱਖ ਰੱਖਦੇ ਹੋਏ ਅਤੇ ਇਹ ਜਿਹੜਾ ਜ਼ਿਲ੍ਹਾ ਸਾਡਾ ਆ, ਅੰਮ੍ਰਿਤਸਰ ਸਾਡਾ ਆ, ਇਸ ਦੀਆਂ ਜਿਹੜੀਆਂ, ਕਿਉਂਕਿ ਇੱਥੇ ਜਿਹੜੇ ਕਾਰੋਬਾਰ ਹੈ, ਜਿਹੜੇ ਭੈਣ ਭਰਾ ਨੇ ਬਾਜ਼ਾਰ ਜਿਹੜੇ ਨੇ ਉਹ ਦੇ ਦੁਕਾਨਦਾਰ ਸਾਹਿਬਾਨ ਉਹ ਵੀ ਸਾਡੇ ਨੇ, ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਆ ਸਮਾਜ ਵੱਲੋਂ ਜੋ ਸਹਿਮਤੀ ਦਿੱਤੀ ਗਈ ਆ ਉਸ ਦੇ ਉੱਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਹੈ। ਆਪੋ ਆਪਣੇ ਗਿਲੇ ਸ਼ਿਕਵੇ ਛੱਡ ਕੇ ਤੇ ਆਪਾਂ ਸਾਰੇ ਜਾਣੇ 11 ਵਜੇ ਜਿਹੜਾ ਆ ਉਹ ਮਾਫੀ ਜਿਹੜੀ ਪਾਵਨ ਵਾਲਮੀਕੀ ਤੀਰਥ ਜਿਹੜੀ ਮੰਗੀ ਜਾਣੀ ਆ ਉਸ ਵਿੱਚ ਪਹੁੰਚ ਕੇ ਆਪਾਂ ਨੂੰ ਸਹਿਮਤੀ ਦੇਣੀ ਚਾਹੀਦੀ ਆ। ਜੋ ਮੈਂ ਹੀ ਅਪੀਲ ਕਰੂੰਗਾ ਕਿ ਅੱਜ ਦਾ ਜਿਹੜਾ ਆ ਉਹ ਬੰਦ ਬਿਲਕੁਲ ਨਹੀਂ ਹੈਗਾ, ਅੱਜ ਜਿਹੜਾ ਆ ਉਹ ਕਾਲ ਜਿਹੜੀ ਆ ਉਹ ਪੋਸਟਪੋਨ ਕਰ ਦਿੱਤੀ ਗਈ ਆ। ਸੋ ਇਸ ਕਰਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਦਾ ਅਤੇ ਜ਼ਿਲ੍ਹੇ ਦੀਆਂ ਜਿੰਨੇ ਵੀ ਕਾਰੋਬਾਰ ਜਿਨ੍ਹਾਂ ਨੇ ਸਾਨੂੰ ਸਹਿਮਤੀ ਦਿੱਤੀ ਸੀਗੀ ਬੰਦ ਕਰਨ ਵਿੱਚ, ਉਹਨਾਂ ਦਾ ਧੰਨਵਾਦ ਕਰਦਾ ਕਿ ਤੁਹਾਡੇ ਸਹਿਯੋਗ ਸਦਕਾ ਜਿਹੜਾ ਆ ਉਹ ਜਿਹੜਾ ਇਸ ਹੰਕਾਰੀ ਪੁਰਸ਼ ਦੀ ਜਿਹੜੀ ਆ ਉਹ ਉਹਨੇ ਮਾਫੀ ਮੰਗੀ ਆ, ਜਿਨ੍ਹਾਂ ਪਾਵਨ ਵਾਲਮੀਕੀ ਤੀਰਥ ਨੂੰ ਜਿਹੜਾ ਆ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਅੱਗੇ ਤੋਂ ਵੀ ਜੇ ਕੋਈ ਇਸ ਤਰ੍ਹਾਂ ਦੀ ਭਾਵਨਾ ਰੱਖੇਗਾ ਤੇ ਉਹਦਾ ਜਿਹੜਾ ਵਿਰੋਧ ਜਿਹੜਾ ਸਮਾਜ ਹਮੇਸ਼ਾ ਕਰਦਾ ਰਿਹਾ ਕਰਦਾ ਰਹੇਗਾ। ਸੋ ਮੇਰੀ ਅਪੀਲ ਹੈਗੀ ਆ ਅੱਜ ਦਾ ਜਿਹੜਾ ਮੁਕੰਮਲ, ਆਪਾਂ ਸਾਰਿਆਂ ਨੇ ਆਪਣਾ ਕਾਰੋਬਾਰ ਕਰਨਾ ਹੈ, ਕਿਸੇ ਤਰ੍ਹਾਂ ਦਾ ਕੋਈ ਬੰਦ ਨਹੀਂ ਹੈਗਾ।
ਜਿਹੜੀਆਂ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਕਿ ਬੰਦ ਕਰਨਾ, ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਸਾਰੇ ਜਾਣੇ ਪਾਵਨ ਵਾਲਮੀਕੀ ਤੀਰਥ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਇਕੱਤਰਤਾ ਵਿਖਾਉਣੀ ਹੈ, ਏਕਤਾ ਵਿਖਾਉਣੀ ਹੈ, ਸੰਗਠਤਾ ਵਿਖਾਉਣੀ ਆ, ਆਪਸੀ ਜਿਹੜੀ ਫੁੱਟ ਨਹੀਂ ਵਿਖਾਉਣੀ ਹੈਗੀ, ਏਕਤਾ ਬਣਾ ਕੇ ਰੱਖੋ। ਸੋ ਸ਼ਾਂਤੀ ਬਣਾ ਕੇ ਰੱਖੀ ਹੈ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਸ਼ਰਮ ਤੇ ਜੇਕਰ ਮਾਫ਼ੀ ਮੰਗਣ ਆ ਰਿਹਾ ਤੇ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਉੱਥੇ ਸਹਿਮਤੀ ਦੇਣੀ ਚਾਹੀਦੀ ਆ, ਸਾਰੇ ਸਮਾਜ ਵੱਲੋਂ ਜਿਹੜੀ ਸਹਿਮਤੀ ਬਣਾਈ ਗਈ ਆ, ਜੋ ਬੋਲੇ ਸੋ ਨਰ ਪੈ, ਭਗਵਾਨ ਵਾਲਮੀਕੀ ਮਹਾਰਾਜ ਕੀ ਜੈ, ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਕੀ ਜੈ, ਗੁਰੂ ਪਿਆਰੀ ਸਾਧ ਸੰਗਤ ਕੀ ਜੈ। ਅੰਮ੍ਰਿਤਸਰ ਬੰਦ ਦੀ ਕਾਲ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਕਿ ਅੰਮ੍ਰਿਤਸਰ ਸ਼ਹਿਰ ਬੰਦ ਨਹੀਂ ਹੋਵੇਗਾ। ਅੰਮ੍ਰਿਤਸਰ ਸ਼ਹਿਰ ਨੂੰ